ਇੱਥੇ ਬਿਲਕੁਲ ਰੇਲ ਦੀਆਂ ਲਾਈਨਾਂ ਦੇ ਨਾਲ ਦੇਖੋ ਬਿਲਕੁਲ ਕਾਨੂੰਨੀ ਕੱਟੀ ਜਾਂਦੀ ਹੈ ਜੋ ਬਿਲਕੁਲ ਗੈਰ ਕਾਨੂੰਨੀ ਹੈ। ਰੇਲ ਦੀਆਂ ਲਾਈਨਾਂ ਦੇ ਕਨੇਜ ਪਿੰਡ ਨੂੰ ਜਾਂਦੇ ਆ। ਹਾਂਜੀ ਹਾਂ, ਕਨੇਜ ਜਦੋਂ ਆਪਾਂ ਫਾਟਕ ਪਾਰ ਕਰਦੇ ਹਾਂ ਪਿੰਡ ਕਨੇਜ ਨੂੰ ਵੜਦੇ ਹਾਂ, ਨਾਲੇ ਸੱਜੇ ਹੱਥ ਗਾਰਡ ਨੂੰ ਭੇਜਦਾ ਕੰਮ ਰੁਕਵਾ ਦਿੰਦੇ ਉੱਥੇ। ਹਾਂਜੀ, ਕੰਮ ਤਾਂ ਚੱਲ ਰਿਹਾ ਜੀ, ਬਿਲਡਿੰਗਾਂ ਹੀ ਬਣ ਰਹੀਆਂ ਨੇ ਅਤੇ ਬਾਕੀ ਸੜਕਾਂ ਸੀ ਵੇਚ ਪੈ ਰਹੇ ਨੇ। ਠੀਕ ਹੈ, ਦੇਖ ਲੈਂਦੇ ਜੀ ਕੋਈ ਗੱਲ। ਓਕੇ, ਕੀਤੀ ਗਈ ਤਾਂ ਕਲੋਨੀ ਦੇ ਮਾਲਕ ਨੇ ਪੱਤਰਕਾਰਾਂ ਨਾਲ ਮੀਡੀਆ ਕਰਮੀਆਂ ਨਾਲ ਹੱਥੋਂ ਪਾਈ ਕਰਨ ਦੀ ਵੀ ਕੋਸ਼ਿਸ਼ ਕੀਤੀ। ਚੈਨਲ ਕੋ ਸਬਸਕ੍ਰਾਈਬ ਕਰੇ ਔਰ ਬੈਲ ਬਟਨ ਕੋ ਦਬਾਏ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਜਿੰਦਰ ਸਿੰਘ ਚੱਜ ਕਲੋਨੀ ਸਿੰਘ ਜਾਂ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਅੱਜ ਅਸੀਂ ਆਏ ਹਾਂ ਪਿੰਡ ਕਨੇਜ 'ਚ ਜੋ ਸਾਹਨੇਵਾਲ ਦੇ ਨਜ਼ਦੀਕ ਪੈਂਦਾ ਹੈ। ਇੱਥੇ ਬਿਲਕੁਲ ਰੇਲ ਦੀਆਂ ਲਾਈਨਾਂ ਦੇ ਨਾਲ ਦੇਖੋ ਬਿਲਕੁਲ ਕਾਨੂੰਨੀ ਕੱਟੀ ਜਾਂਦੀ ਹੈ ਜੋ ਬਿਲਕੁਲ ਗੈਰ ਕਾਨੂੰਨੀ ਹੈ। ਸਾਰੇ ਸਰਕਾਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਦਿਖਾਈ ਹੈ, ਕਾਨੂੰਨੀ ਕੱਟੀ ਜਾ ਰਹੀ ਹੈ ਬਿਲਕੁਲ ਰੇਲ ਦੀਆਂ ਲਾਈਨਾਂ ਦੇ ਨਾਲ। ਦੇਖੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਰੇਲ ਦੀਆਂ ਲਾਈਨਾਂ ਦੇ ਨਾਲ ਬਿਲਕੁਲ ਦੁਕਾਨਾਂ ਕੱਟੀਆਂ ਜਾ ਰਹੀਆਂ ਨੇ, ਸੜਕਾਂ ਪਾ ਰਹੀਆਂ ਨੇ। ਬਿਲਕੁਲ ਸਰਕਾਰ ਦੇ ਖਿਲਾਫ ਸਰਕਾਰ ਨੇ ਆਰਡਰ ਕੀਤਾ ਵੀ 35 ਫੁੱਟ ਤੋਂ ਘੱਟ ਕੋਈ ਇਸ ਟਾਈਮ ਕਲੋਨੀ ਵਿੱਚ ਸੜਕ ਨਹੀਂ ਪਊਗੀ। ਇਹ ਸਾਰੀਆਂ 20-20 ਫੁੱਟ ਸੜਕਾਂ ਪਾ ਕੇ ਸਾਰੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ। ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਨਾਲ ਇਹ ਬਿਲਕੁਲ ਕਾਨੂੰਨ ਨੂੰ ਛਿੱਕੇ ਟੰਗ ਕੇ ਇਹ ਜੋ ਕਲੋਨਾਈਜ਼ਰ ਜੋ ਗੁਲਾਡਾ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਇਹ ਕੰਮ ਕਰ ਰਹੇ ਨੇ, ਸਰਕਾਰ ਨੂੰ ਚੂਨਾ ਲਗਾ ਰਹੇ ਨੇ। ਇਹ ਤੁਸੀਂ ਦੇਖ ਸਕਦੇ ਹੋ, ਦੇਖਦੇ ਹਾਂ ਇਸ ਦੇ ਉੱਪਰ ਗੁਲਾਡਾ ਦੇ ਅਧਿਕਾਰੀ ਕੋਈ ਕਾਰਵਾਈ ਕਰਦੇ ਹਾਂ ਜਾਂ ਨਹੀਂ ਕਰਦੇ। ਇਹ ਆਪਣੀ ਜਦੋਂ ਇਸ ਸੰਬੰਧੀ ਪੱਤਰਕਾਰਾਂ ਵੱਲੋਂ ਇਸ ਕਲੋਨੀ ਦੀ ਕਵਰੇਜ ਕੀਤੀ ਗਈ ਤਾਂ ਕਲੋਨੀ ਦੇ ਮਾਲਕ ਨੇ ਪੱਤਰਕਾਰਾਂ ਨਾਲ ਮੀਡੀਆ ਕਰਮੀਆਂ ਨਾਲ ਹੱਥੋਂ ਪਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਧੱਕੇ ਵੀ ਮਾਰੇ ਗਏ। ਉਹ ਕਹਿੰਦੇ ਸਾਡੀ ਉੱਪਰ ਤੱਕ ਪਹੁੰਚ ਜਾ, ਗੁਲਾਡਾ ਦੇ ਅਧਿਕਾਰੀ ਨੂੰ ਸਾਡਾ ਮਹੀਨਾ ਜਾਂਦਾ, ਤੁਸੀਂ ਜੋ ਕਰਨਾ ਕਰ ਲਓ, ਤੁਹਾਡੇ ਵਰਗੇ ਸਾਡੇ ਕੋਲ ਬਹੁਤ ਆਉਂਦੇ ਨੇ। ਇਸ ਦੇ ਉੱਪਰ ਦੇਖਦੇ ਹਾਂ ਹੁਣ ਕੀ ਕਾਰਵਾਈ ਹੁੰਦੀ ਹੈ। ਇਸ ਸੰਬੰਧੀ ਜਦੋਂ ਗੁਲਾਡਾ ਇਸ ਵੀ ਉਹਨਾਂ ਗੱਲਬਾਤ ਕੀਤੀ ਗਈ, ਉਸਦਾ ਕੀ ਕਹਿਣਾ ਵੀ ਤੁਸੀਂ ਸੁਣ ਲਓ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਯਾਨੀ ਐਸ ਡੀ ਬੋਲ ਰਹੇ ਹਾਂ? ਹਾਂਜੀ ਹਾਂ। ਸਰ ਜੀ, ਹਰਜਿੰਦਰ ਚੱਜ ਬੋਲ ਰਹੇ ਜੀ, ਪੱਤਰਕਾਰ। ਹਾਂਜੀ ਹਾਂਜੀ। ਸਰ ਜੀ, ਇੱਕ ਆਪਣੇ ਕਨੇਜ 'ਚ ਰੇਲ ਦੀਆਂ ਲਾਈਨਾਂ ਦੇ ਨਾਲ ਕਲੋਨੀ ਕੱਟੀ ਹੋਈ ਹੈ ਜੀ। ਅੱਛਾ, ਉਹਦੇ ਵਿੱਚ ਸੜਕਾਂ ਵੀ ਛੋਟੀਆਂ ਪਾ ਰਿਹਾ, ਰੇਲ ਦੀ ਲਾਈਨ ਦੇ ਬਿਲਕੁਲ ਨਾਲ ਉਹਨਾਂ ਨੇ ਉਹ ਕੱਟੀਆਂ ਦੁਕਾਨਾਂ ਨੇ, ਇਹ ਕੀਲੀ ਕਰਾਇਆ ਹੋਏ ਆ। ਰੇਲ ਦੀਆਂ ਲਾਈਨਾਂ ਦੇ ਕਨੇਜ ਪਿੰਡ ਨੂੰ ਜਾਂਦੇ ਆ? ਹਾਂਜੀ ਹਾਂ, ਕਨੇਜ ਜਦੋਂ ਆਪਾਂ ਫਾਟਕ ਪਾਰ ਕਰਦੇ ਹਾਂ ਪਿੰਡ ਕਨੇਜ ਨੂੰ ਵੜਦੇ ਹਾਂ, ਨਾਲੇ ਸੱਜੇ ਹੱਥ। ਹਾਂ 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 ਉੱਥੇ ਨਾਲ ਭੇਜ ਦਿੰਦਾ, ਮੈਂ ਦੇਖ ਲੈਂਦੇ ਕੀ ਸਟੇਸ਼ਨ। ਹਾਂ ਬਿਲਕੁਲ, ਰੇਲ ਦੀਆਂ ਲਾਈਨਾਂ ਦੇ ਨਾਲ ਆ ਸੜਕਾਂ ਪਾ ਰਹੇ ਨੇ, ਸੀਵਰੇਜ ਪਾ ਰਿਹਾ, ਸੀਵਰੇਜ ਦਾ ਵਿੱਚੇ ਘੁੰਮੀ ਜਾਂਦਾ, ਸੀਵਰੇਜ ਦਾ ਪਾਣੀ ਲੱਗ ਕੇ ਨਿਕਲਦਾ ਨਹੀਂ ਇਹਨਾਂ ਦਾ। ਠੀਕ ਹੈ ਠੀਕ ਹੈ। ਹਾਂਜੀ, 3-3.5 ਕਿੱਲਿਆਂ ਦੀ ਕਲੋਨੀ ਹੈ ਮਤਲਬ ਇਹ। ਮੈਂ ਦੇਖ ਲੈਂਦੇ ਜੀ, ਦੇਖਦਾ ਇਹ ਕਦੋਂ ਤੱਕ ਦੇਖ ਸਕਦੇ ਹੋ ਕਾਰਵਾਈ ਹੋ ਸਕਦੀ ਹੈ? ਕੱਲ੍ਹ ਪਰਸੋਂ ਨੂੰ ਆਪਾਂ ਮੁੰਡਾ ਭੇਜਦਾ ਜੀ, ਜੀ ਗਾਰਡ ਨੂੰ ਭੇਜਦਾ, ਕੰਮ ਰੁਕਵਾ ਦਿੰਦੇ ਉੱਥੇ। ਹਾਂਜੀ, ਕੰਮ ਤਾਂ ਚੱਲ ਰਿਹਾ ਜੀ, ਬਿਲਡਿੰਗਾਂ ਹੀ ਬਣ ਰਹੀਆਂ ਨੇ ਅਤੇ ਬਾਕੀ ਸੜਕਾਂ ਸੀਵਰੇਜ ਹੀ ਪੈ ਰਹੇ ਨੇ। ਠੀਕ ਹੈ, ਦੇਖ ਲੈਂਦੇ ਜੀ ਕੋਈ ਗੱਲ। ਓਕੇ ਓਕੇ।